ਜਪਸਾਬ ਦਾ ਇੱਕ ਪਾਠ ਕਰਨ ਨਾਲ ਹੀ ਵੈਗਰੂ ਜੀ ਅੱਗੇ 100 ਵਾਰ ਮੱਥਾ ਟੇਕ ਹੋ ਜਾਂਦਾ ਹੈ ਜੇ ਇੱਕ ਪੰਕਤੀ ਨੂੰ ਹੀ ਮਨ ਲਾ ਕੇ ਪੜੋਗੇ ਮਨ ਅਕਾਲ ਪੁਰਖ ਤੇ ਨਾਲ ਜੁੜ ਜਾਵੇਗਾ ਜਪਸਾਬ ਦੀ ਬਾਣੀ ਆਪਣੇ ਕੀਤੇ ਪਾਪਾਂ ਨੂੰ ਧੋਣ ਤੇ ਚੰਗੀ ਤਰ੍ਹਾਂ ਮਤ ਪ੍ਰਦਾਨ ਕਰਦਾ ਹੈ ਘਰ ਦੀ ਆਰਥਿਕ ਤੰਗੀ ਦੂਰ ਹੁੰਦੀ ਹੈ ਕਈ ਵਾਰ ਆਪਾਂ ਸਭ ਕਹਿੰਦੇ ਹਾਂ ਜੀ ਆਲਸ ਪਿਆ ਰਹਿੰਦਾ ਅਤੇ ਮੇਰਾ ਸਰੀਰ ਹਰ ਸਮੇਂ ਥੱਕਿਆ ਟੁੱਟਿਆ ਰਹਿੰਦਾ ਹੈ ਤਾਂ ਉਸ ਮਨੁੱਖ ਨੂੰ ਜਾਪ ਸਾਪ ਦਾ ਪਾਠ ਕਰਨਾ ਚਾਹੀਦਾ ਹੈ ਆਪਾਂ ਕੁਝ ਦਿਨ ਕਰਾਂਗੇ ਤਾਂ ਆਪਾਂ ਨੂੰ ਅਨੁਭਵ ਹੋਵੇਗਾ ਮੈਂ ਕਿਸੇ ਅਨੋਖੀ ਤਾਕਤ ਵਿੱਚ ਰਹਿ ਰਿਹਾ ਮੇਰੇ ਅੰਦਰ ਸ਼ਬਦ ਦਾ ਪਸਾਰਾ ਹੋ ਰਿਹਾ ਆਪਾਂ ਕਹਿੰਦੇ ਆ ਜੇ ਰੋਗ ਲੱਗ ਗਏ ਨੇ ਘਰ ਛੋਟੇ ਛੋਟੇ ਗੱਲਾਂ ਤੋਂ ਲੜਾਈ ਹੁੰਦੀ ਏ ਗੁਰਬਾਣੀ ਨਾਲ ਇਹ ਸਭ ਠੀਕ ਹੋ ਜਾਵੇਗਾ ਜੇ ਆਪਾਂ ਰੋਜ਼ ਗੁਰਬਾਣੀ ਪੜਾਂਗੇ ਤਾਂ ਸਭ ਆਪੇ ਦੂਰ ਹੋ ਜਾਵੇਗਾ ਬਸ ਸੁਖ ਸੁਖ ਮਨੁੱਖ ਦੇ ਨੇੜੇ ਹੋਣ ਕੀ ਜੇ ਅੱਜ ਮੁਸ਼ਕਿਲਾਂ ਹਨ ਤਾਂ ਜਾਪ ਸਾਬ ਦੀ ਗੁਰਬਾਣੀ ਪੜੋ ਜਾਪ ਸਾਬ ਤੋਂ ਭਾਵ ਲਗਾਤਾਰ ਜਾਪਦੀ ਬਾਣੀ ਜੇ ਕਿਸੇ ਨੂੰ ਬੋਲਣ ਵਿੱਚ ਦਿੱਕਤ ਹੈ ਜਦੋਂ ਆਪਾਂ ਜਾਪ ਸਾਬ ਦੀ ਬਾਣੀ ਪੜ੍ਹਦੇ ਹਾਂ ਤੇ ਉਹ ਸ਼ਬਦਾਂ ਨਾਲ ਜੀਬ ਘੁੰਮਦੀ ਹੈ ਤੇ ਵਾਇਗਰੂ ਦੇ दांत ਨਾਲ ਰਸਨਾ ਕੰਮ ਕਰਨਾ ਆਰੰਭ ਕਰ ਦਿੰਦੀ ਹੈ ਜੇ ਕਿਸੇ ਦੇ ਘਰ ਗਰੀਬੀ ਹੈ ਤੇ ਉਹ ਰੋਜ਼ ਇੱਕ ਬਾੜ ਜਾਪ ਸਾਬ ਦਾ ਕਰਿਆ ਕਰੋ ਦਿਨਾਂ ਵਿੱਚ ਤੁਹਾਡੇ ਘਰੋਂ ਗਰੀਬੀ ਕੋਹਾਂ ਦੂਰ ਹੋ ਜਾਵੇਗੀ ਜਦੋਂ ਫਸਲ ਬੀ ਪੋਣਾ ਹੈ ਉਸ ਤੋਂ ਪਹਿਲਾਂ ਜਾਪ ਸਾਬ ਦਾ ਪਾਠ ਕਰੋ ਤੁਸੀਂ ਬੋਲ ਸਾਮ ਦੇ ਥੱਕ ਜਾਓਗੇ ਵਾਹਿਗੁਰੂ ਜੀ ਐਂਗਾ ਦੇਣਗੇ ਜਾਪ ਸਾਬ ਦਾ ਪਾਠ ਸਹੀ ਪਾਵੇ ਮਿਹਰ ਜਦੋਂ ਮੰਡੋਲੇ ਜਦੋਂ ਆਪਣੀ ਸਥਿਤੀ ਦਾਵਾ ਡੋਲ ਹੋਵੇ ਉਦੋਂ ਜ਼ਰੂਰ ਪੜੋ ਸੁਣੋ ਤੇ ਵਿਚਾਰੋ ਵੀ ਜਦੋਂ ਬਾਣੀ ਪੜੀ ਤਾਂ ਆਪਣੇ ਆਪ ਤੋਂ ਤੁਸੀਂ ਜਾਣੂ ਹੋ ਜਾਓਗੇ ਜਾਪ ਸਾਹਿਬ ਆਪਾਂ ਨੂੰ ਚਾਬੀ ਦਿੱਤੀ ਹੈ ਕਾਮਯਾਬੀ ਦੇ ਰਾਹ ਲਈ ਫਿਰ ਇਹ ਪਾਠ ਰੋਜ਼ 52 ਦਿਨ ਲਗਾਤਾਰ ਕਰੋ ਘਰ ਦੀ ਕਾਇਆ ਪਲਟ لازਮੀ ਹੋਵੇਗੀ